ਮੈਂ ਐਬਸolutely 2 ਮਿੰਟੇ ਮਿਲੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਜਿਆਦਾ ਲੰਬਾ ਸਮਾਂ ਨਹੀਂ ਲਵਾਗਾ ਕਹਿਰਾ ਥੋੜਾ ਸਮਾਂ ਪਹਿਲਾਂ ਬੜਾ ਧੂਆਂ ਛੜਿਆ ਗਿਆ ਸੀਗਾ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਮਾ ਉੱਠ ਕੇ ਭੱਜ ਗਈਆਂ ਸੀਗੀਆਂ ਇਸ ਕਰਕੇ ਜੇ ਕੋਈ ਕੱਲ ਜਾਂ ਪਰਸੋਂ ਇਸ ਤਰ੍ਹਾਂ ਦੁਬਾਰਾ ਹੋਵੇ ਤਾਂ ਭੱਜਣ ਦੀ ਲੋੜ ਨਹੀਂ ਇਹ ਕੋਈ ਮੋਦੀ ਤੋਂ ਜ਼ਿਆਦਾ ਖਤਰਨਾਕ ਨਹੀਂ ਹੈਗਾ ਕਿਉਂਕਿ ਮੋਦੀ ਇਨ ਮਰਡਰ ਆਫ ਡੈਮੋਕ੍ਰੇਸੀ ਡੈਮੋਕ੍ਰੇਸੀ ਦਾ ਕਾਤਲ ਆਦਮੀ ਹੈ ਇਸ ਕਰਕੇ ਮੇਰਾ professions ਮੈਡੀਕਲ ਹੈ ਮੈਨੂੰ ਯਾਦ ਹੈ ਜਿੱਥੇ ਗੋਦੀ ਮੀਡੀਆ ਦਾ ਪੋਸਟਰ ਲੱਗਿਆ ਹੋਇਆ ਮੈਂ ਲਗਾਤਾਰ ਇੱਥੇ ਕੈਂਪ ਮੇਰਾ ਖਿਆਲ 10 12 ਮੈਂ ਕੈਂਪ ਲਾ ਚੁੱਕਿਆ ਜਸ ਇੱਥੇ ਵੀ ਲਗਾ ਚੁੱਕਿਆ ਸਾਹਮਣੇ ਵੀ ਔਰ ਮੈਂ ਪਿੱਛੇ ਵੀ ਅਸੀਂ ਲਗਾ ਪੂਰੀ ਟੀਮ ਔਰ ਕੋਈ ਵੀ ਅਸੀਂ ਬਾਰਡਰ ਨਹੀਂ ਛੱਡਿਆ ਚਾਹੇ ਟਿੱਕਰੀ ਹੋਵੇ ਚਾਹੇ ਪਕੌੜਾ ਚੌਂਕ ਹੋਵੇ ਚਾਹੇ ਕੋਈ ਗਾਜ਼ੀਆਬਾਦ ਹੋਵੇ ਕਿਉਂਕਿ ਸਮਾਂ ਘਟਾ ਹੈ ਇਹਦੇ باوجود ਮੈਂ ਇਹ ਹੀ ਗੱਲ ਕਮਾਂਗਾ ਸਾਡਾ ਮੈਡੀਕਲ profession ਹੋਣ ਦੇ ਨਾਤੇ ਮੇਰੇ ਕੋਲ ਉਸ ਦਿਨ 26 ਮਾਰਚ 28 ਤਿੰਨ ਦਿਨ ਮੈਂ ਨੰਗਲੋਈ ਟਿਕਰੀ ਰਿਹਾ ਟਿਕਰੀ ਤੋਂ ਨੰਗਲੋਈ ਮੈਂ ਜਦੋਂ ਦੇਖਿਆ ਉੱਥੇ ਦੇ ਹਲਾਤ ਔਰ ਐਨੇ ਮਾਰੇ ਇਹ ਸਾਰੇ ਹੀ ਪੂਰੇ ਢੰਗ ਦੇ ਨਾਲ ਜੋ ਉੱਥੇ ਹੋਇਆ ਸਾਰਿਆਂ ਨੇ ਦੇਖਿਆ ਬਾਅਦ ਫੋਟੋਆਂ ਵੀ ਦੇਖ ਲਈਆਂ ਸਾਰੀਆਂ ਕਿਉਂਕਿ ਸਮਾਂ ਘਟਾ ਪਰ ਮੋਂ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਮੇਰੇ ਕੋਲ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਆਏ ਬਜ਼ੁਰਗ ਆਏ ਉਹ ਕਦੀ ਵੀ ਐਜੀਟੇਸ਼ਨ ਨਹੀਂ ਹਾਰੇਗਾ ਜਿੱਤੇ 80 ਸਾਲ ਦੇ ਬਜ਼ੁਰਗ ਬੈਠੇ ਹੋ ਏ ਮੈਂ ਤੁਹਾਨੂੰ ਹੁਣ ਵੀ ਕਹਿ ਦਿੰਦਾ ਜਿੱਥੇ ਛੋਟੇ ਬੱਚੇ ਬੈਠੇ ਹੋਣ ਜਿੱਥੇ ਨਵਦੀਪ ਕੌਰ ਆੜਗੀਆਂ ਬੱਚਿਆਂ ਹੋਣ ਉਹ ਕਦੀ ਵੀ ਐਜੀਟੇਸ਼ਨ ਨਹੀਂ ਹਾਰ ਸਕਦਾ ਇਹ ਮੈਂ ਤੁਨ ਮਾਦਰ ਦੇ ਨਾਲ ਕਹਿਣਾ ਔਰ ਨਾਲ ਹੀ ਜਿੰਨੀਆਂ ਪਟੀਆਂ ਆਸੂ ਗਾਹ ਤੇ ਗੋਲੇ ਛੱਡੇ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਜਿਨੇ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਦੇ ਚੋਟਾਂ ਆਈਆਂ ਨੜ ਦੇ ਪਾਜਿਆਂ ਦੀਆਂ ਹੱਡੀਆਂ ਟੁੱਟੀਆਂ ਮੈਂ ਨੰਗਲੋਈ ਦੇ ਬਿਲਕੁਲ ਕੋਲ ਸੀ ਜਿਵੇਂ ਆ ਸਾਹਮਣੇ ਗੁਰੂ ਘਰ ਲੰਗਰ ਲਿਖਿਆ ਹੋਇਆ ਹੋ ਸਕਦਾ ਸਾਡੇ ਨਾਲ ਵੀ ਕੋਈ ਵਾਰਦਾਤ ਹੋ ਜਾਂਦੀ ਚੱਕ ਕੇ ਲੈ ਜਾਂਦੇ ਵੀ ਸੁੱਟ ਦਿੰਦੇ ਅਜੇ ਤੱਕ ਨਾ ਜਮਾਨਤ ਹੁੰਦੀ ਪਰ 31 ਡਾਕਟਰਾਂ ਦੀ ਟੀਮ ਆਈ ਸੀ ਮੈਂ ਸਾਰ ਦਸ ਨਾਲ ਆ ਜਾਇਆ ਔਰ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਇਹ ਉੱਤੋਂ ਕਹਿ ਰਹੇ ਨੇ ਸਾਨੂੰ ਚਿੱਠੀਆਂ ਵੀ ਆ ਗਈਆਂ ਕਿ ਇੰਨੀ ਮੈਡੀਸਨ ਆ ਕਿੱਥੋਂ ਰਹੀ ਆ ਮੈਂ ਇਹ 스테ਜ ਤੇ ਬੋਲਦਾ ਤੁਹਾਨੂੰ ਦਵੇ ਦੇ ਕਹਿਣਾ ਇਹ ਕਿਸਾਨ ਭਾਈਚਾਰੇ ਦੇ ਲਈ ਅਜੇ ਵੀ ਸਾਡਾ ਹਸਪੀਟਲ ਮੈਡੀਕਲ ਸਟੋਰ ਪੂਰਾ ਭਰਿਆ ਪਿਆ ਦਵਾਈਆਂ ਨਾਲ ਕਦੀ ਵੀ ਲੋੜ ਹੋਏਗੀ ਅੱਜ ਮੈਂ ਆ ਉੱਥੇ ਹਮੇਸ਼ਾ ਵਾਸਤੇ ਪੋਸਟਰ ਲੱਗਿਆ ਹੁੰਦਾ ਸੀ ਕਿ ਕਿਸਾਨਾਂ ਦੇ ਲਈ ਮੈਡੀਕਲ ਕੈਂਪ ਅੱਜ ਤੋਂ ਬਾਅਦ ਉੱਥੇ ਨਾਲ ਲਿਖਿਆ ਹੋਏਗਾ 10 ਸਾਰ ਦਾਸ ਬਲੋਂ ਮੈਡੀਕਲ ਕੈਂਪ ਇਹਨਾਂ ਦਾ ਵੀ ਬੈਨਰ ਲੱਗਿਆ ਹੋਇਆ ਕਰੇਗਾ ਇਹ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਪਰ ਸਾਨੂੰ ਇਹ ਨਹੀਂ ਦਿੱਤਾ ਕਿ ਸਾਨੂੰ ਅਸੀਂ ਜਦੋਂ ਵੀ ਕੋਈ ਬੋਲਦੇ ਆ ਸਾਨੂੰ ਇਹ ਕਹਿੰਦੇ ਨੇ ਇਹ ਤਾਂ ਜੀ ਅਤਵਾਦੀ ਆ ਮੋਦੀ ਸਾਹਿਬ ਮੈਂ ਦੱਸਣਾ ਚਾਹਨਾ ਜੇ ਮੈਂ ਕਿਸੇ ਕਿਸਾਨ ਦੇ ਪੱਟੀਆਂ ਕਰਾਂ ਜੇ ਮੈਂ ਕਿਤੇ ਸਟਿਚ ਕਰਾਂ ਮੈਂ ਕਿਸੇ ਦੇ ਟਾਂਕੇ ਲਾਵਾਂ ਮੈਨੂੰ ਕੋਈ ਮੈਨੂੰ ਗਰੇਜ ਨਹੀਂ ਔਰ ਉਹਦੇ ਵਿੱਚ ਮੈਨੂੰ ਕੋਈ ਤੁਸੀਂ ਅਤਵਾਦੀ ਵੀ ਕਹੋਗੇ ਤਾਂ ਮੈਂ ਅਤਵਾਦੀ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਆ ਮੈਨੂੰ ਕੋਈ ਡਰ ਨਹੀਂ ਹੈ ਔਰ ਦੂਸਰੀ ਗੱਲ ਲਾਸਟ ਦੇ ਵਿੱਚ ਮੈਂ ਕਮਾਂਗਾ ਔਰ ਜਿੰਨਾ ਵੀ ਮੇਰਾ ਭਾਈਚਾਰਾ ਬੈਠਾ ਹਾਂ ਟੀਵੀ ਦੇ ਲਗਾਤਾਰ ਮੋਦੀ ਕਹਿ ਰਿਹਾ ਕਿ ਇਹ ਜਿਹੜੇ ਜਿੰਨੇ ਵੀ ਬੋਲਦੇ ਨੇ ਝੂਠ ਬੋਲਦੇ ਨੇ ਇਹ ਕਾਂਸ਼ਿਆ ਪਾਦਕ ਨੇ ਕਾਂਸ਼ਿਆ ਪਾਦਕ ਜਿਹਨੂੰ ਕਾਂਸੀ ਦਾ ਤਬਕ ਤਗਮਾ ਮਿਲਦਾ ব্রੌਨ ਜਿਹਨੂੰ ਤੀਜੇ ਨੰਬਰ ਦਾ ਮਿਲਦਾ ਫਿਰ ਮੈਡਲਿਸਟ ਕੌਣ ਹੋਇਆ ਮੋਦੀ ਇਹਨੂੰ ਪੁੱਛਣਾ ਚਾਹੀਦਾ ਮੋਦੀ ਨੂੰ ਇਹ ਨੰਬਰ 1 ਤੇ ਮੈਡਲਿਸਟ ਮੋਦੀ ਇਹ ਮੋਦੀ ਆਂਦਾ ਜਿਹੜਾ ਸਭ ਤੋਂ ਵੱਧ ਝੂਠ ਬੋਲਦਾ 19 ਆਪਣੇ 214 ਤੋਂ ਬਾਅਦ ਪ੍ਰਾਈਮ ਮਿਨਿਸਟਰ ਦੁਨੀਆ ਅਜੇ ਤੱਕ ਕਦੀ ਕੋਈ ਇਸ ਤਰ੍ਹਾਂ ਪ੍ਰਾਈਮ ਮਿਨਿਸਟਰ ਨਹੀਂ ਆਇਆ ਜਦੋਂ ਤੋਂ 14 ਤੋਂ ਆਇਆ ਉਸ ਤੋਂ ਬਾਅਦ ਝੂਠ ਬੋਲਣਾ ਕਤਲੇਆਮ ਹਿੰਦੂ ਮੁਸਲਮ ਦੰਗੇ ਸਭ ਕੁਝ ਹੈ ਕਹਿੰਦਾ ਮੈਂ ਤੁਹਾਨੂੰ ਲਾਸਟ ਦੇ ਵਿੱਚ ਇਹ ਗੱਲ ਕਹਾਂਗਾ ਜਦੋਂ ਮੈਂ ਪਾਕਿਸਤਾਨ ਗਿਆ ਸੀ ਉੱਥੇ ਮੈਂ ਦੇਖਿਆ ਉੱਥੇ ਵੀ ਇਹ ਕੁਝ ਨਹੀਂ ਸਹੀ 300 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਪਰ ਅੰਗਰੇਜ਼ਾਂ ਨੇ ਕਦੀ ਫੁੱਟ ਪਾਉ ਹੈ ਸਾਰੇ ਕੰਮ ਨਹੀਂ ਕੀਤੇ ਸੀ 1 ਸੈਕਿੰਡ ਕਵੀ ਅੰਗਰੇਜ਼ਾਂ ਨੇ ਇਹ ਫੁੱਟਬਾਲ ਕੰਮ ਨਹੀਂ ਕੀਤਾ ਸੀ ਇਹ ਕੰਮ ਜੇ ਕੀਤੇ ਤਾਂ ਜਰਮਨੀ ਦਾ ਹਿਟਲਰ ਨੇ ਕੀਤੇ ਆ ਇਹ ਮੋਦੀ ਵੀ ਹਿਟਲਰ ਤੋਂ ਘੱਟ ਨਹੀਂ ਮੈਸਟੇਜ ਤੇ ਕਹਿਣਾ ਚਾਹ ਰਾਂ ਮੈਨੂੰ ਕੋਈ ਡਰ ਨਹੀਂ ਹੈ ਇਹ ਜਿਹੜਾ ਹੈ ਇੱਥੇ ਮੈਕਸ ਸਟੇਜ ਤੇ ਖੜਾ ਇਹ ਮਤ ਸੱਚੋ ਇਹ ਕੋਈ ਪਾਕਿਸਤਾਨ ਦਾ ਵੀ ਬਾਰਡਰ ਉਸ ਤਰ੍ਹਾਂ ਦਾ ਨਹੀਂ ਕੋਈ ਚਾਈਨਾ ਦਾ ਵੀ ਬਾਰਡਰ ਨਹੀਂ ਜਿਹਾ ਜਿਹਾ ਮੋਦੀ ਨੇ ਬਣਾ ਦਿੱਤਾ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਗੋਲਬਲ ਕਰਦੇ ਚਮਚੇ ਜਿਹੜੇ ਯਾਦੀ ਦੀ ਲੜਾਈ ਦੇ ਵਿੱਚ ਸਾਡੇ ਸਾਹਮਣੇ ਬਜ਼ੁਰਗ ਬੈਠੇ ਨੇ ਇਹਨਾਂ ਨੇ ਜਾਦੀ ਦੀਆਂ ਲੜਾਈਆਂ ਸੰਤਰ ਦਾ ਅੰਦੋਲਨ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਇਹ ਅੰਗਰੇਜ਼ ਭਾਪੀ ਜਿਨਨੇ ਵੀ ਆਰਐਸਐਸ ਇਹ ਗਲਮ ਇਹਨਾਂ ਨੇ ਸਾਰਿਆਂ ਨੇ ਇਹਨਾਂ ਨੇ ਮੁਖਵਰੀ ਕੀਤੀ ਕਾਲੇ ਪਾਣੀ ਦਾ ਸਜਾਵਾਂ ਕਟਣ ਦੀ ਖਾਤਰ ਝੂਠ ਬੋਲਿਆ ਮਾਫੀ ਮੰਗੀ ਉਹਨਾਂ ਨੂੰ ਗੋ ਉਹਨਾਂ ਨੂੰ ਗੁਰੂ ਮੰਨਦੇ ਨੇ ਗੋੜਸੇ ਨੂੰ ਮੈਂ ਸਭ ਤੋਂ ਪਹਿਲਾਂ ਇਹ ਲਾਸਟ ਕਹੂੰਗਾ ਕਿ ਸਭ ਤੋਂ ਦੁਨੀਆ ਦਾ ਪਹਿਲਾ ਅਤਵਾਦੀ ਗੋੜਸੇ ਸੀ ਗੋੜਸੇ ਹੁਣ ਵੀ ਕਹਿ ਰਿਹਾ ਗੋੜਸੇ ਸੀ ਇਸ ਕਰਕੇ ਨਹੀਂ ਤੁਹਾਨੂੰ ਪੜਨਾ ਚਾਹੀਦਾ ਇਹ ਬਗਲ ਵਿੱਚ ਛੁਰੀ ਮੂੰਹ ਦੇ ਵਿੱਚ RAM RAM ਇਹ ਅੱਜ ਵੀ ਗੋੜਸੇ ਨੂੰ ਪੁੱਛਦੇ ਆਏ ਨੇ ਕਹਿੰਦਾ ਸਮਾਂ ਘਟਾ ਮੈਂ ਤੁਹਾਡੇ ਕੋਲ ਮਾਫੀ ਚਾਹਣਾ ਮੈਂ ਅਗਲੀ ਵਾਰ ਹੀ ਆਮਾ ਦਾ ਕੈਂਪ ਦੇ ਮੂੜ ਵਿੱਚ ਆਮਾ ਦਾ ਔਰ ਜੋ ਵੀ ਆ ਕੇ ਕਿਤੇ ਜਾਣਾ ਹੁੰਦਾ ਹੈ ਹਮੇਸ਼ਾ ਹੀ ਮੈਂ ਬਹੁਤ ਘਟੋ ਘਟ 25 30 ਦਿਨ 40 ਦਿਨ ਲਾਇਆ ਕੈਂਪਾਂ ਦੇ ਇਸ ਕਰਕੇ ਇੱਥੇ ਵੀ ਬਹੁਤ ਮੈਂ ਬਾਕੀ ਮਾਫੀ ਚਾਹੁੰਨਾ ਟਾਈਮ ਮੇਰ ਕੋ ਕੱਟਾ ਥੈਂਕ ਯੂ